बाबा मर्दाना जी उदासियां ते तुरे फिरदे सी, घर घर जाके होका सच दा देई जांदे सी। कदे किते कदे किते एक पिंड दी जूह ते बैठे पिंड दे लोकां नूं पता लग गया कि बहुत वड्डा फकीर आ गया, कोई सिद्धी रब नाल लिव लगदी है, अपनियां किस्मतां पलट दू, उहदी सत्संग कर लईए, उहनूं मिल लईए जाके। सारा पिंड जिहड़ा है उह चला गया जूह ते जिथे बैठे सी बाबा जी ते बाबा मर्दाना जी। ਤਾਂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਭਾਈ ਕਿੱਧਰ, ਉਹ ਕਹਿੰਦੇ ਜੀ ਤੁਹਾਡੀ ਸਤਸੰਗ ਕਰਨੀ ਹੈ, ਤੁਹਾਡੇ ਨਾਲ ਚੱਲਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ, ਸੱਚ ਦੇ ਰਾਹਾਂ ਦੇ ਪਾਂਧੀਆਂ, ਤੁਹਾਡੇ ਤੋਂ ਤੁਰਿਆ ਨਹੀਂ ਜਾਣਾ। ਕਹਿੰਦੇ ਨਹੀਂ ਜੀ ਚੱਲਾਂਗੇ। ਕਹਿੰਦੇ ਚਲੋ ਆ ਜਾਓ। ਫਿਰ ਤੁਰੇ ਗਏ, ਤੁਰੇ ਗਏ, ਅੱਗੇ ਆਲੇ ਦੁਆਲੇ ਚਾਂਦੀ ਦੇ ਢੇਰ ਆ ਗਏ। ਜਿੱਧਰ ਦੇਖੋ ਚੰਦ ਦੇ ਢੇਰ ਲੱਗੇ ਪਏ। ਉਹ ਜਿਹਨਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ, ਕਹਿੰਦੇ ਗੋਲੀ ਮਾਰੋ ਸੱਚ ਨੂੰ, ਆਪਣਾ ਤਾਂ ਕੰਮ ਬਣ ਗਿਆ। ਥੋੜਾ ਚਿਰ ਤੁਰਨ ਨਾਲ ਹੀ ਕਾਫਲਾ ਅੱਧਾ ਰਹਿ ਗਿਆ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਭਾਈ ਤੁਸੀਂ, ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ, ਅਸੀਂ ਤਾਂ ਨਾਲ ਤੁਰਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ। ਉਹ ਕਹਿੰਦੇ ਆ ਰਹਿਣ ਦਿਓ, ਕੋਈ ਗੱਲ ਨਹੀਂ। ਤੁਰੇ ਗਏ, ਤੁਰੇ ਗਏ, ਥੋੜ੍ਹੀ ਜਿਹੀ ਦੂਰ ਜਾ ਕੇ ਸੋਨੇ ਦੇ ਢੇਰ ਆ ਗਏ। ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕ ਲਿਆ। ਕਹਿੰਦੇ ਆਪਾਂ ਚਾਂਦੀ ਵਾਲੇ ਨੂੰ ਵਧੀਆ ਰਹਿ ਗਏ, ਥੋੜ੍ਹਾ ਜਿਹਾ ਸਬਰ ਕਰਕੇ ਸੋਨਾ ਮਿਲ ਗਿਆ ਆਪਾਂ ਨੂੰ, ਬੰਦੇ 10 ਰਹਿ ਗਏ। ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ, ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ, ਅਸੀਂ ਤਾਂ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ ਰਾਹ ਔਖੇ ਆ ਸਕਦੇ ਨੇ, ਕਹਿੰਦੇ ਆ ਲੈਣ ਦਿਓ। ਤੁਰੇ ਗਏ, ਤੁਰੇ ਗਏ, ਤੁਰੇ ਗਏ, ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ। ਜਿਹੜੇ 10 ਬਚੇ ਸੀ ਉਹਨਾਂ ਨੇ ਹੀਰੇ ਮੋਤੀ ਚੱਕੇ, ਕਹਿੰਦੇ ਆਪਾਂ ਉਹਨਾਂ ਦੋਨਾਂ ਨਾਲੋਂ ਵੀ ਵਧੀਆ ਰਹਿ ਗਏ। ਰਹਿ ਗਿਆ ਇਕੱਲਾ ਬਾਬਾ ਮਰਦਾਨਾ। ਤਾਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ? ਤਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਮੈਂ ਨਹੀਂ ਜਾਂਦਾ, ਮੈਂ ਤਾਂ ਨਾਲ ਹੀ ਚੱਲੂ, ਮੈਂ ਤਾਂ ਉਹਨਾਂ ਤੋਂ ਅਮੀਰ ਹਾਂ। ਤਾਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਗੱਲ ਸਮਝਾ, ਨਾ ਤੇਰੇ ਕੋਲ ਸੋਨਾ ਨਾ ਚਾਂਦੀ ਹੈ, ਨਾ ਤੇਰੇ ਕੋਲ ਹੀਰੇ ਨਾ ਮੋਤੀ, ਤੂੰ ਉਹਨਾਂ ਤੋਂ ਅਮੀਰ ਕਿਵੇਂ ਹੋ ਗਿਆ? ਤਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਉਹਨਾਂ ਕਮਲਿਆਂ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ। ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਤਾਂ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋਊਗਾ? ਤੁਸੀਂ ਦੱਸੋ ਸਰਪੰਚ ਕੌਣ ਬਣਾਉਂਦਾ? ਤੁਸੀਂ ਲੋਕ। ਪੰਚਾਇਤ ਮੈਂਬਰ ਕੌਣ ਬਣਾਉਂਦਾ? ਲੋਕ। ਬਲਾਕ ਸਮਿਤੀ ਮੈਂਬਰ ਕੌਣ ਬਣਾਉਂਦਾ? ਲੋਕ। ਬਲਾਕ ਸਮਿਤੀ ਚੇਅਰਮੈਨ ਕੌਣ ਬਣਾਉਂਦਾ? ਲੋਕ। MLA ਕੌਣ ਬਣਾਉਂਦਾ? ਲੋਕ। MP ਕੌਣ ਬਣਾਉਂਦਾ? ਲੋਕ। ਮੰਤਰੀ ਕੌਣ ਬਣਾਉਂਦਾ? ਲੋਕ। ਮੁੱਖ ਮੰਤਰੀ ਕੌਣ ਬਣਾਉਂਦਾ? ਲੋਕ। ਪ੍ਰਧਾਨ ਮੰਤਰੀ ਕੌਣ ਬਣਾਉਂਦਾ? ਲੋਕ। ਪਬਲਿਕ। ਜੇ ਤੁਸੀਂ ਸਾਡੇ ਨਾਲ ਹੋ ਤਾਂ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ? ਇਹ ਪੈਸਿਆਂ ਪੂਸੇ ਤਾਂ ਰਹਿ ਜਾਂਦੇ ਨੇ, ਪੈਸਿਆਂ ਪੂਸਿਆਂ ਵਾਲੇ ਤਾਂ ਮਿਹਰਬਾਨੀ ਮਿਹਰਬਾਨੀ ਭਾਈ, ਇਹ ਪੈਸਿਆਂ ਵਾਲੇ ਜਿਹੜੇ ਪੇਦੂ ਪਹਿਲਾਂ ਸੰਗਰੂਰ ਘੱਟ ਪੈਸਿਆਂ ਵਾਲੇ ਸੀਗੇ, ਉਹ ਕੇਵਲ ਢਿੱਲੋਰੀ ਮਿਲੀਅਨੇਅਰ ਨੇ, ਮਿਲੀਅਨੇਅਰ ਕਰੋੜਪਤੀ, ਉਹ ਵੱਡੇ ਵੱਡੇ ਹੋਟਲ ਵੱਡੇ ਵੱਡੇ ਪਲਾਜੇ, ਉਹਨਾਂ ਕੋਲੇ ਲਿਖਣਾ ਪੈਂਦਾ ਇਹ ਵੀ ਕੀ ਹੈ ਤੁਹਾਡੇ ਕੋਲੇ। 500-700 ਕਰੋੜ ਤਾਂ ਡਿਕਲੇਅਰ ਕਰਦੇ ਨੇ ਕਿ ਸਾਡੇ ਕੋਲ ਇੰਨਾ ਹੈ। ਕੇਵਲ ਢਿੱਲੋ ਨੇ 4 ਘੜੀਆਂ ਦੱਸੀਆਂ ਸੀ ਜਿਹੜੀ, ਜਦੋਂ ਲਿਖਿਆ ਉੱਥੇ ਪਰਚਾ ਭਰਿਆ ਐਫੀਡੈਵਿਟ ਦੇਣਾ ਪੈਂਦਾ ਸਟਾਮ 'ਤੇ, ਕਹਿੰਦਾ ਮੇਰੇ ਕੋਲ 4 ਘੜੀਆਂ ਨੇ ਜਿਨ੍ਹਾਂ ਦੀ